ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਹਾਡੇ ਸਾਹਮਣੇ ਕੋਟਕਪੂਰਾ ਦਾ ਇਹ ਰਾਮਬਾਗ ਹੈ ਜਿੱਥੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਉਹਨਾਂ ਦੇ ਬੇਟੇ ਨੇ ਮੁਖਿਆ ਅਗਨੀ ਇੱਥੇ ਦਿੱਤੀ ਅਤੇ ਤਸਵੀਰਾਂ ਤੁਹਾਡੇ ਸਾਹਮਣੇ ਹੈ। ਲੋਕ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਨੇ। ਉਹਨਾਂ ਦਾ ਜੋ ਘਰ ਹੈ ਉਸ ਤੋਂ ਨਜ਼ਦੀਕ ਜੋ ਨਾਮ ਚਾਚਾ ਘਰ ਪੈਂਦਾ ਹੈ ਉੱਥੋਂ ਲੈ ਕੇ ਰਾਮਬਾਗ ਤੱਕ ਉਹਨਾਂ ਦੀ ਸ਼ਵ ਯਾਤਰਾ ਇੱਥੇ ਪਹੁੰਚੀ ਹੈ ਅਤੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਮਹਿੰਦਰਪਾਲ ਸਿੰਘ ਬਿੱਟੂ ਜਿਸਦਾ ਕਿ ਨਾਭਾ ਦੀ ਜੇਲ੍ਹ ਵਿੱਚ ਦੋ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਲਗਾਤਾਰ ਦੋ ਦਿਨ ਤੱਕ ਕਰੀਬ ਅੱਜ ਦੂਜਾ ਦਿਨ ਪੂਰਾ ਹੋਣ ਵਾਲਾ ਹੈ ਕੋਟਕਪੂਰਾ ਦੇ ਨਾਮ ਚਰਚਾ ਘਰ ਵਿੱਚ ਉਹਨਾਂ ਦੀ ਡੈਡ ਬੋਡੀ ਰੱਖੀ ਗਈ ਸੀ। ਇਨਸਾਫ ਦੀ ਮੰਗ ਕਿੱਥੇ ਗਈ ਸੀ ਪਰ ਆਖਿਰਕਾਰ ਅੱਜ ਸ਼ਾਮ ਨੂੰ ਜੋ ਹੈ ਪ੍ਰਸ਼ਾਸਨ ਦਾ ਅਤੇ ਡੇਰਾ ਦੀ ਜੋ ਕਮੇਟੀ ਹੈ ਉਹਨਾਂ ਦਾ ਸਮਝੌਤਾ ਹੋਇਆ ਅਤੇ ਨਿਰਣਾ ਲਿਆ ਗਿਆ। ਇੱਕ ਮੰਗ ਪੱਤਰ ਦਿੱਤਾ ਗਿਆ, ਇੱਕ ਚਿੱਠੀ ਦਿੱਤੀ ਗਈ ਹੈ। ਉਸ ਤੋਂ ਬਾਅਦ ਜੋ ਹੈ ਇੱਕ SIT ਹਾਈ ਲੈਵਲ SIT ਜਿਸ ਨੂੰ ਕਿਹਾ ਜਾਵੇ ਉਸਦਾ ਗਠਨ ਕੀਤਾ ਗਿਆ ਹੈ ਅਤੇ ਕੁੱਲ 5 ਮੈਂਬਰ ਉਸ SIT ਵਿੱਚ ਨੇ ਜੋ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਕਿ ਜੇਲ੍ਹ ਦੇ ਵਿੱਚ ਜੋ ਕਸਟੋਡੀਅਲ ਡੈਥ ਹੋਈ ਹੈ ਉਹ ਕਿਉਂ ਹੋਈ ਅਤੇ ਜੋ ਸਾਜ਼ਿਸ਼ ਕਰਤਾ ਹੈ ਇਸਦੇ ਪਿੱਛੇ ਜੋ ਪਰਿਵਾਰ ਨੇ ਕਿਹਾ ਜਾ ਰਿਹਾ ਸੀਗਾ ਕਿ ਇੱਕ ਸਾਜ਼ਿਸ਼ ਦੇ ਤਹਿਤ ਜੋ ਹੈ ਇਹਨਾਂ ਦਾ ਮਰਡਰ ਹੋਇਆ ਮਹਿੰਦਰਪਾਲ ਸਿੰਘ ਬਿੱਟੂ ਦਾ, ਉਹ ਸਾਜ਼ਿਸ਼ ਜੋ ਹੈ ਬੇਨਕਾਬ ਕੀਤੀ ਜਾ ਸਕੇ ਅਤੇ ਜੋ ਉਹਨਾਂ ਦੇ ਆਰੋਪੀ ਨੇ ਕਿਹਾ ਜਾ ਰਿਹਾ ਕਿ ਦੋ ਲੋਕ ਨਹੀਂ ਉਹਨਾਂ ਦੇ ਪਿੱਛੇ ਵੀ ਕਈ ਲੋਕ ਨੇ ਜਿਨ੍ਹਾਂ ਨੇ ਪੂਰੀ ਸਾਜ਼ਿਸ਼ ਨੂੰ ਇਸਨੂੰ ਕਰਾਰ ਦਿੱਤਾ ਹੈ ਉਹ ਲੋਕ ਵੀ ਜੋ ਹੈ ਸਲਾਖਾਂ ਦੇ ਪਿੱਛੇ ਹੋਣ। ਫਿਲਹਾਲ ਜੋ ਹੈ ਉਹਨਾਂ ਦਾ ਅੰਤਿਮ ਸੰਸਕਾਰ ਇੱਥੇ ਕੋਟਕਪੂਰਾ ਦੇ ਰਾਮਬਾਗ ਵਿੱਚ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕ ਇੱਥੇ ਮੌਜੂਦ ਨੇ। ਜ਼ਿਲ੍ਹਾ ਪ੍ਰਸ਼ਾਸਨ ਨੇ ਕਾਫੀ ਜਦੋਂ ਜਹਿਦ ਤੋਂ ਬਾਅਦ ਜੋ ਹੈ ਅੱਜ ਡੇਰਾ ਨਾਲ ਮਿਲ ਕੇ ਜੋ ਹੈ ਇੱਕ ਸਮਝੌਤਾ ਕੀਤਾ ਜਿਸ ਦੇ ਤਹਿਤ ਸੰਸਕਾਰ ਦੇ ਲਈ ਸਹਿਮਤੀ ਬਣੀ ਅਤੇ ਫਿਲਹਾਲ ਜੋ ਹੈ ਮਹਿੰਦਰਪਾਲ ਸਿੰਘ ਬਿੱਟੂ ਦਾ ਸੰਸਕਾਰ ਕੋਟਕਪੂਰਾ ਵਿੱਚ ਕੀਤਾ ਜਾ ਰਿਹਾ ਹੈ। ਅੰਤਿਮ ਸੰਸਕਾਰ ਜੋ ਹੈ ਕੋਟਕਪੂਰਾ ਵਿੱਚ ਹੋ ਚੁੱਕਾ ਹੈ। 45 ਮੈਂਬਰੀ ਨੇ ਇੱਕ ਕਮੇਟੀ ਬਣਾ ਕੇ ਕਾਫੀ ਕੜਾ ਸੰਘਰਸ਼ ਦੋ ਦਿਨ ਤੱਕ ਲੜਿਆ ਹੈ। ਸਰ ਸਭ ਤੋਂ ਪਹਿਲੇ ਹੁਣ ਜਾਣਨਾ ਚਾਹਾਂਗੇ ਮੀਟਿੰਗਾਂ ਵਿੱਚ ਕੀ ਕੁਛ ਹੋਇਆ ਜਿਸ ਤੋਂ ਬਾਅਦ ਜੋ ਹੈ ਇੱਕ ਫੈਸਲਾ ਲੈਣਾ ਪਿਆ। ਮੀਟਿੰਗਾਂ ਦੇ ਵਿੱਚ ਜੋ ਪ੍ਰਸ਼ਾਸਨ ਨਾਲ ਮੀਟਿੰਗਾਂ ਸੀ ਉਹਨਾਂ ਦੇ ਵਿੱਚ ਬਸ ਆਹੀ ਹੁੰਦਾ ਸੀ ਜੋ ਮੰਗ ਤੁਹਾਡੇ ਨਾਲ ਵੀ ਸ਼ੇਅਰ ਹੁੰਦੀ ਰਹੀ ਸਾਰਿਆਂ ਦੇ ਵਿੱਚ ਹੀ ਸਾਂਝੀ ਕਰਦੇ ਰਹੇ ਤਾਂ ਉਹਦੇ 'ਚ ਬਸ ਉਹ ਮੰਗਾਂ ਦੀ ਵਿਚਾਰ ਹੁੰਦੀ ਸੀ। ਉਹ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਸਾਂ, ਉਹ ਕਹਿੰਦੇ ਸੀ ਵੀ ਸੰਸਕਾਰ ਕੀਤਾ ਜਾਵੇ ਤਾਂ ਸਾਡਾ ਫਿਰ ਇਹ ਸੀਗਾ ਵੀ ਸਾਰੀ ਸੰਗਤ ਦਾ ਇੱਕ ਸੰਘਰਸ਼ ਹੈ, ਇੱਕ ਸਾਂਝਾ ਫੈਸਲਾ ਹੈ, ਉਹਦੇ 'ਤੇ ਅਸੀਂ ਜਿੰਨਾ ਚਿਰ ਕੋਈ ਜਿਹੜਾ ਹੈਗਾ ਸਾਡਾ ਮੰਗ ਨਹੀਂ ਮੰਨੀ ਜਾਂਦੀ ਸੰਗਤ ਜਿਹੜੀ ਸੰਸਕਾਰ ਕਰਨ ਤੋਂ ਮਨਾ ਕਰ ਰਹੀ ਸੀ। ਹੁਣ ਇੱਕ ਫੈਸਲਾ ਲੈ ਗਿਆ ਕਿ ਕਮੇਟੀ ਇੱਕ ਹਾਈ ਲੈਵਲ ਦੀ SIT ਬਣਾਈ ਗਈ ਹੈ ਉਹ ਜਾਂਚ ਕਰੂਗੀ। ਉਸ ਤੋਂ ਹੁਣ ਸੰਗਤ ਦਾ ਕੀ ਫੈਸਲਾ ਰਹਿਣ ਵਾਲਾ ਆਉਣ ਵਾਲੇ ਦਿਨਾਂ ਵਿੱਚ, ਕੀ ਹੁਣ ਕਦੋਂ ਤੱਕ ਤੁਹਾਨੂੰ ਲੱਗਦਾ ਕਿ ਜਾਂਚ ਪੂਰੀ ਹੋ ਕੇ ਜੋ ਪੂਰਾ ਮਾਮਲੇ ਸੱਚਾਈ ਸਾਹਮਣੇ ਆ? ਦੇਖੋ ਜਿਹੜੀ ਗੱਲਬਾਤ ਪ੍ਰਸ਼ਾਸਨ ਦੇ ਨਾਲ ਹੋਈ ਹੈ ਪ੍ਰਸ਼ਾਸਨ ਨੇ ਜੋ ਭਰੋਸਾ ਦਵਾਇਆ, ਪਹਿਲਾਂ ਤਾਂ ਮੈਂ ਬੇਨਤੀ ਕਰਾਂ ਕਿ ਅਸੀਂ ਹਮੇਸ਼ਾ ਹੀ ਪ੍ਰਸ਼ਾਸਨ ਦਾ ਸਾਥ ਦਿੰਦੇ ਹਾਂ ਅਤੇ ਅੱਜ ਵੀ ਅਸੀਂ ਪ੍ਰਸ਼ਾਸਨ ਦੀ ਗੱਲ ਨੂੰ ਮੰਨਿਆ, ਸਾਨੂੰ ਵਿਸ਼ਵਾਸ ਹੈ ਵੀ ਸਾਡਾ ਇਹ ਪ੍ਰਸ਼ਾਸਨ ਸਾਨੂੰ ਇਨਸਾਫ ਦਵਾਉਣ ਦੇ ਵਿੱਚ ਮਦਦ ਕਰੂਗਾ। ਉਹਨਾਂ ਨੇ ਇਹੀ ਕਿਹਾ ਵੀ ਐਜ਼ ਅਰਲੀ ਐਜ਼ ਪੋਸੀਬਲ ਜਿੰਨਾ ਹੋ ਸਕੇ, ਇਹ ਨਹੀਂ ਵੀ ਉਹ ਸਾਲਾਂ ਬੱਧੀ ਲਮਕੀ ਜਾਊਗੀ, ਪ੍ਰੋਕਸ ਜਿਹੜਾ ਹੈਗਾ ਮਹੀਨੇ ਡੇਢ ਮਹੀਨੇ ਦੇ ਵਿੱਚ ਉਹਦੀ ਜਿਹੜੀ ਹੈਗੀ ਹੈ ਜਾਂਚ ਫਾਈਨਲ ਕਰਕੇ ਅਤੇ ਫਿਰ ਫਾਸਟ ਟਰੈਕ ਦੇ ਵਿੱਚ ਜਿਹੜਾ ਹੈਗਾ ਉਹ ਕੇਸ ਚੱਲੂਗਾ ਅਤੇ 90 ਦਿਨਾਂ ਦੇ ਅੰਦਰ ਅੰਦਰ ਚਲਾਨ ਪੇਸ਼ ਕਰਕੇ ਉਹ ਦੋਸ਼ੀਆਂ ਨੂੰ ਸਜ਼ਾ ਜਿਹੜੀ ਉਹ ਕਾਨੂੰਨ ਦੇ ਅਨੁਸਾਰ ਜੋ ਬਣਦੀ ਆ ਉਹ ਦਿੱਤੀ ਜਾਊਗੀ। ਇੱਕ ਚਿੱਠੀ ਅਤੇ ਇੱਕ ਮੰਗ ਪੱਤਰ ਮੈਮੋਰੈਂਡਮ ਦਿੱਤਾ ਗਿਆ ਹੈ DC ਸਾਹਿਬ ਨੇ ਦੱਸਿਆ ਜਿਸ 'ਤੇ ਉਹ ਮੈਮੋਰੈਂਡਮ ਵਿੱਚ ਕੀ ਕੁਛ ਹੈ? ਮੈਮੋਰੈਂਡਮ ਦੇ ਵਿੱਚ ਆਹੀ ਮੰਗਾਂ ਰੱਖੀਆਂ ਜੀ, ਇੱਕ ਤਾਂ ਇਹ ਸੀਗੀ ਵੀ ਜਿਹੜਾ ਇਹ ਮਰਡਰ ਹੋਇਆ ਹੈਗਾ ਉਹਦੀ ਜਾਂਚ ਨਿਰਪੱਖ ਤਰੀਕੇ ਦੇ ਨਾਲ ਹੋਵੇ, ਉਹ ਲੋਕ ਸਾਹਮਣੇ ਆਉਣ ਜਿਹੜੇ ਲੋਕਾਂ ਨੇ, ਸਿਰਫ ਉਹ ਦੋ ਲੋਕ ਹੀ ਨਹੀਂ, ਉਹਨਾਂ ਦੇ ਮਗਰ ਕੌਣ ਹੈ, ਉਹ ਸਾਰਾ ਜਿਹੜਾ ਹੈਗਾ ਚੇਨ ਹੈ ਜਿਹੜੀ ਉਹ ਸਾਹਮਣੇ ਆਵੇ। ਦੂਜਾ ਸੀਗਾ ਜਿਹੜੇ ਜ਼ਮਾਨਤ ਦੇ ਉੱਤੇ ਬਾਹਰ ਆ ਗਏ ਨੇ ਜਾਂ ਜਿਹੜੇ 5-6 ਲੋਕ ਅਜੇ ਅੰਦਰ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਫਿਰ ਕੋਈ ਐਸੀ ਅਣਹੋਣੀ ਘਟਨਾ ਨਾ ਵਾਪਰੇ। ਇਹ ਸੀਗੀਆਂ ਬਾਕੀ ਜਿਹੜਾ ਕੇਸ ਲਮਕ ਰਹੇ ਆ ਕੋਈ ਬੇਅਦਬੀ ਵਾਲੇ ਕੇਸ ਆ, ਵੈਸੇ ਸਾਡੀ ਮੰਗ ਤਾਂ ਇਹ ਸੀ ਸੰਪੂਰਨ ਤੌਰ 'ਤੇ ਖਤਮ ਹੋਣ, ਪਰ ਕੁਛ ਕਾਨੂੰਨੀ ਪ੍ਰਕਿਰਿਆਵਾਂ ਹੁੰਦੀਆਂ ਤਾਂ ਉਹਦੇ 'ਚ ਜੋ ਲਮਕ ਰਹੇ ਕੇਸ ਹੈ ਕੋਈ ਇਨਵੈਸਟੀਗੇਸ਼ਨ ਦੇ ਅੰਡਰ ਆ ਜਾਂ ਹੋਰ ਹੈ ਵੀ ਉਹਨਾਂ ਨੂੰ ਕੰਪਲੀਟ ਕਰਕੇ ਜਿਹੜਾ ਹੈਗਾ ਖਤਮ ਕੀਤਾ ਜਾਵੇ ਜਲਦੀ ਤੋਂ ਜਲਦੀ ਇਸ ਸਿਸਟਮ ਨੂੰ। ਤਾਂ ਕੁੱਲ ਮਿਲਾ ਕੇ ਜੋ ਹੈ ਹਰਚੰਦ ਸਿੰਘ ਨੇ ਸਾਨੂੰ ਦੱਸਿਆ ਜੋ ਕਿ 45 ਮੈਂਬਰੀ ਕਮੇਟੀ ਦੇ ਮੈਂਬਰ ਨੇ ਕਿ ਹੁਣ ਜੋ ਹੈ ਸਰਕਾਰ ਨੂੰ ਮੈਮੋਰੈਂਡਮ ਸੌਂਪਿਆ ਜਾਏ ਜਿਨ੍ਹਾਂ ਵਿੱਚ ਕਿ ਗੱਲ ਲਿਖੀ ਗਈ ਹੈ ਕਿ ਜੋ ਹੋਰ ਲੋਕ ਨੇ ਜੋ ਕਿ ਬੇਅਦਬੀ ਵਾਲੇ ਮਾਮਲੇ ਵਿੱਚ ਹੀ ਨੇ, ਚਾਹੇ ਉਹ ਜ਼ਮਾਨਤ 'ਤੇ ਨੇ ਚਾਹੇ ਫਿਰ ਅੰਦਰ ਨੇ, ਉਹਨਾਂ ਦੀ ਸੁਰੱਖਿਆ ਜੋ ਹੈ ਯਕੀਨੀ ਬਣਾਈ ਜਾਵੇ ਅਤੇ ਹਾਲ ਦੀ ਘੜੀ ਜੋ ਹੈ ਮਹਿੰਦਰਪਾਲ ਸਿੰਘ ਬਿੱਟੂ ਦਾ ਕੋਟਕਪੂਰਾ ਵਿੱਚ ਅੰਤਿਮ ਸੰਸਕਾਰ ਜੋ ਹੈ ਕਰ ਦਿੱਤਾ ਗਿਆ ਹੈ। ਕੋਟਕਪੂਰਾ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼।